ਦਾ ਆਪਰੇਸ਼ਨ ਮੁੰਡੀ ਹੁਣ ਪੂਰੀ ਤਰ੍ਹਾਂ ਐਕਸ਼ਨ ਦੇ ਲਈ ਤਿਆਰ ਹੈ ਤਿੰਨ ਸੂਬਿਆਂ ਦੇ ਵਿੱਚ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਦੀਪਕ ਮੁੰਡੀ ਦੀ ਭਾਲ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਰਾਜਸਥਾਨ ਹਰਿਆਣਾ ਤੇ ਹੋਰ ਇੱਕ ਗੁਜਰਾਤ ਦੇ ਵਿੱਚ ਜਾ ਕੇ ਪੁਲਿਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਬਾਕੀ ਸ਼ੂਟਰਾਂ ਦੇ ਨਾਲ ਜਦੋਂ ਦੀਪਕ ਮੁੰਡੀ ਵੀ ਹਰਿਆਣਾ ਦੇ ਜ਼ਰੀਏ ਗੁਜਰਾਤ ਪਹੁੰਚਿਆ ਪਹੁੰਚਿਆ ਸੀ ਤੇ ਉਸ ਤੋਂ ਬਾਅਦ ਅਨਕਿਤ ਸੇਸਾ ਦਿੱਲੀ ਆ ਗਿਆ ਸੀ ਇਸ ਕਰਕੇ ਦਿੱਲੀ ਪੁਲਿਸ ਉਸ ਨੂੰ ਫੜ ਲਿਆ ਸੀ ਪਰ ਦੀਪਕ ਮੁੰਡੀ ਨਹੀਂ ਆਇਆ ਇਸ ਕਾਰ ਕਿ ਹਲਤਾ ਕੇ ਪੁਲਿਸ ਦੇ ਗ੍ਰਫਤੋ ਬਾਹਰ ਚੱਲ ਰਿਹਾ ਹੈ ਬੁਲੇਰੋ ਮੋਡਿਊਲ ਦੇ ਵਿੱਚ ਸ਼ਾਮਿਲ ਸੀ ਦੀਪਕ ਮੁੰਡੀ ਜਿਸ ਨੂੰ ਭਾਲ ਦੇ ਲਈ ਹੁਣ ਪੰਜਾਬ ਪੁਲਿਸ ਦੇ ਵੱਲੋਂ ਆਪਰੇਸ਼ਨ ਮੁੰਡੀ ਚਲਾਇਆ ਜਾ ਰਿਹਾ ਹੈ ਤਾਂ ਕਿ ਇਸ ਛੇ ਛੇਵੇਂ ਸ਼ਾਪ ਸ਼ੂਟਰ ਨੂੰ ਵੀ ਫੜਿਆ ਜਾ ਸਕੇ ਹਾਲਾਂਕਿ ਦੋ ਸ਼ੂਟਰ ਜੜੇ ਸੀਗੇ ਉਹਨਾਂ ਨੂੰ ਤਾਂ ਐਂਕਾਊਂਟਰ ਦੌਰਾਨ ਪੁਲਿਸ ਵੱਲੋਂ ਢੇਰ ਕਾਰ ਦਿੱਤਾ ਗਿਆ ਤੇ ਤਿੰਨ ਸ਼ੂਟਰ ਪਹਿਲਾਂ ਹੀ ਦਿੱਲੀ ਪੁਲਿਸ ਫੜ ਚੁੱਕੀ ਹੈ ਤੇ ਹੁਣ 6ਵਾਂ ਸ਼ੂਟਰ ਹੈ ਜਿਸ ਨੂੰ ਕਿ ਪੰਜਾਬ ਪੁਲਿਸ ਨੇ ਫੜਨ ਦੇ ਲਈ ਆਪਰੇਸ਼ਨ ਮੁੰਡੀ ਤਿਆਰ ਕੀਤਾ ਹੈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਦੀਪਕ ਬੁੰਡੀ ਦੀ ਭਾਲ ਕਰ ਰਹੀਆਂ ਨੇ ਮਸੇਵਾਹ ਦਾ ਕਤਲ ਕਰਨ ਵਾਲੇ ਤਿੰਨ ਸ਼ੂਟਰ ਪ੍ਰਵਰਤ ਫੌਜੀ ਅੰਕਿਤ ਸੇਰਸਾ ਤੇ ਕਸ਼ਿਸ਼ ਉਰਫ ਕੁਲਦੀਪ ਫੜੇ ਜਾ ਚੁੱਕੇ ਨੇ ਉੱਥੇ ਹੀ ਜਗਰੂਪ ਰੂਪਾ ਤੇ ਮਨਪ੍ਰਿਤ ਮੰਨੂ ਦਾ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਵਿੱਚ ਐਂਕਾਊਂਟਰ ਕਰ ਦਿੱਤਾ ਉਹ ਹੁਣ ਦੀਪਕ ਮੁੰਡੀ ਦੀ ਭਾਲ ਹੋ ਰਹੀ ਹੈ ਜੋ ਬੁਲੈਰੋ ਗੱਡੀ ਦੇ ਵਿੱਚ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਜਿਸ ਵੇਲੇ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਸੀ ਉਸ ਵੇਲੇ ਸਿੱਧੂ ਮੂਸੇਵਾਲਾ ਦੀ ਗੱਡੀ ਦੇ ਪਿੱਛਾ ਕਰਨ ਵਾਲੀ ਇੱਕ ਬੁਲੈਰੋ ਗੱਡੀ ਵੀ ਸੀ ਜੋ ਬੁਲੈਰੋ ਗੱਡੀ ਦਾ ਮੋਡਿਊਲ ਜਿਹੜਾ ਸੀ ਯਾਨੀ ਕਿ ਬੁਲੈਰੋ ਗੱਡੀ ਦਾ ਜਿਹੜਾ ਹਿੱਸਾ ਸੀ ਉਹ ਦੀਪਕ ਮੁੰਡੀ ਸੀ ਕਿਉਂਕਿ ਉਸ ਗੱਡੀ ਦੇ ਵਿੱਚ ਪ੍ਰਯਵਤ ਫੌਜੀ ਕਸ਼ਿਸ਼ ਤੇ ਅਨਕਿਤ ਸੇਸਾ ਦੀਪਕ ਮੁੰਡੀ ਦੇ ਨਾਲ ਸੀ ਕਤਲ ਤੋਂ ਬਾਅਦ ਇਹ ਉਹਨਾਂ ਦੇ ਨਾਲ ਹੀ ਪੰਜਾਬ ਤੋਂ ਹਰਿਆਣਾ ਹੁੰਦੇ ਹੋਏ ਗੁਜਰਾਤ ਪਹੁੰਚਿਆ ਸੀ ਉੱਥੋਂ ਫੌਜੀ ਤੇ ਕਸ਼ਿਸ਼ ਨੂੰ ਝਾੜ ਕੇ ਦੀਪਕ मुंडी ਨੇ अंकित सेसा ਦੇ ਨਾਲ ਟਿਕਾਣਾ ਬਦਲ ਲਿਆ ਸੀ अंकित ਤਾਂ ਦਿੱਲੀ ਪਹੁੰਚ ਗਿਆ ਤੇ ਉਸ ਨੂੰ ਛੱਡ ਕੇ ਦੀਪਕ मुंडी ਕਿਸੇ ਹੋਰ ਥਾਂ ਤੇ ਚਲਾ ਗਿਆ ਫਿਲਹਾਲ मुंडी ਕਤਲ ਦੇ ਮਾਸਟਰਮਾਈਂਡ ਤੇ ਸ਼ੂਟਰਸ ਦੇ ਸਬੰਧ ਵਿੱਚ ਰਹੀ ਸੀ ਇਸ ਕਰਕੇ ਪੁਲਿਸ ਉਸ ਤੋਂ ਫੜ ਨਹੀਂ ਪਾਈ ਹੈ ਪਰ ਹੁਣ ਪੰਜਾਬ ਪੁਲਿਸ ਦੇ ਵੱਲੋਂ ਉਸ ਦੀ ਭਾਲ ਦੇ ਵਿੱਚ ਛਾਪੇ ਮਾਰੀ ਤੇਜ਼ ਕਾਰਜ ਦਿੱਤੀ ਗਈ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਏਡੀਜੀਪੀ ਪ੍ਰਮੋਦ ਬਾਣ ਨੇ ਕਿਹਾ ਹੈ ਕਿ ਦੀਪਕ मुंडी ਦੇ ਬਾਰੇ ਪੰਜਾਬ ਪੁਲਿਸ ਨੂੰ ਇੱਕ ਅਹਿਮ ਲੀਡ ਮਿਲੀ ਹੈ ਪੁਲਿਸ ਦੀਆਂ ਟੀਮਾਂ ਉਸ ਦਾ ਪਿੱਛਾ ਕਰਨ ਚ ਲੱਗੀਆਂ ਹੋਈਆਂ ਹਨ ਨੇ ਜਲਦ ਰਿਜ਼ਲਟ ਮਿਲੇਗਾ ਜਲਦ ਜਿਹੜਾ ਹੈ ਰਿਜ਼ਲਟ ਮਿਲੇਗਾ ਇਸ ਕਰਕੇ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਨੂੰ ਇੱਕ ਵੱਡੀ ਲੀਡ ਜਿਹੜੀ ਆ ਉਹ ਮਿਲੀ ਹੈ ਇਸ ਕਰਕੇ ਹੁਣ ਪੂਰੇ ਸੋਣਾ ਨੂੰ ਜਲਦ ਫੜੇਗੀ ਜਿਹੜਾ ਦੀਪਕ ਮੁੰਡੀ ਸ਼ੂਟਰ ਜਿਹੜਾ ਹੁਣ ਹਾਲ ਤੱਕ ਫਰਾਜ ਚੱਲ ਰਿਹਾ ਹੈ ਉਸ ਦੇ ਲਈ ਪੁਲਿਸ ਨੂੰ ਇੱਕ ਵੱਡੀ ਲੀਡ ਮਿਲੀ ਹੈ ਤੇ ਪੁਲਿਸ ਬਹੁਤ ਜਲਦ ਇਸ ਆਪਰੇਸ਼ਨ ਨੂੰ ਕਾਮਯਾਬ ਕਰੇਗੀ ਤੇ ਉਸ ਸ਼ੂਟਰ ਦੀਪਕ ਮੁੰਡੀ ਨੂੰ ਫੜਿਆ ਜਾਵੇਗਾ ਪੰਜਾਬ ਪੁਲਿਸ ਦਾ ਦਾਅਵਾ ਹੈ ਹਾਲਾਂਕਿ ਬੀਤੇ ਦਿਨ ਇੱਕ ਆਡੀਓ ਰਿਕਾਰਡਿੰਗ ਵੀ ਵਾਇਰਲ ਹੋ ਰਹੀ ਹੈ ਜਿਸ ਆਡੀਓ ਰਿਕਾਰਡਿੰਗ ਦੇ ਵਿੱਚ ਲਾਰੈਂਸ ਨੂੰ ਸ਼ੂਟਰ ਦੇ ਵੱਲੋਂ ਫੋਨ ਕੀਤਾ ਗਿਆ ਸੀ ਉਸ ਆਡੀਓ ਰਿਕਾਰਡਿੰਗ ਦੇ ਵਿੱਚ ਹਾਲਾਂਕਿ ਹਾਲੇ ਪੁਸ਼ਟੀ ਨਹੀਂ ਹੋਈ ਹੈ ਪਰ ਆਡੀਓ ਰਿਕਾਰਡਿੰਗ ਦੀ ਜ਼ਰੂਰ ਜ਼ਿਕਰ ਕੀਤਾ ਜਾ ਰਿਹਾ ਹੈ ਕਿ ਜੇ ਉਹ ਆਵਾਜ਼ ਲਾਰੈਂਸ ਦੀ ਹੀ ਹੈ ਤਾਂ ਫਿਰ ਕਿਤੇ ਨਾ ਕਿਤੇ ਉਹ ਜਿਹੜੀ ਗੱਲ ਜਿਹੜੇ ਇਲਜ਼ਾਮ ਕਹਿ ਰਹੇ ਸੀ ਜਾਂ ਫਿਰ ਜਿਹੜੇ ਹੁਣ ਤੱਕ ਜਾਣਕਾਰੀ ਸੂਤਰਾਂ ਤੋਂ ਮਿਲੀ ਸੀ ਕਿ ਲਾਰੈਂਸ ਹੀ ਮਾਸਟਰਮਾਈਂਡ ਹੈ ਪੁਲਿਸ ਨੇ ਵੀ ਬਿਆਨ ਦਿੱਤਾ ਸੀ ਦਿੱਲੀ ਪੁਲਿਸ ਵੱਲੋਂ ਵੀ ਕਿਹਾ ਗਿਆ ਸੀ ਕਿ ਲਾਰੈਂਸ ਹੀ ਮਾਸਟਰਮਾਈਂਡ ਹੈ ਤਾਂ ਉਹ ਜਿਹੜੇ ਪੁਲਿਸ ਦਾ ਬਿਆਨ ਸੀ ਉਸ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲੇਗੀ ਇਸ ਔਰ ਆਡੀਓ ਜਿਸ ਆਛੋਂ ਤੋਂ ਬਾਅਦ ਫਿਲਹਾਲ ਹਲੇ ਆਡੀਓ ਦਾ ਜਿਹੜਾ ਵਾਇਸ ਸੈਂਪਲ ਹੈ ਲਾਰੈਂਸ ਦੇ ਵਾਇਸ ਸੈਂਪਲ ਦੇ ਨਾਲ ਮੈਚ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਇਸ ਬਾਰੇ ਕੁਝ ਕਿਹਾ ਜਾਵੇਗਾ। ਤਿਹਾਰ ਜੇਲ੍ਹ ਚ ਬੰਦ ਲਾਰੈਂਸ ਨੂੰ ਸ਼ੂਟਰ ਦਾ ਫੋਨ ਕੀਤਾ ਗਿਆ ਸੀ ਸ਼ੂਟਰ ਨੇ ਦੱਸਿਆ ਸੀ ਕਿ ਗਿਆਨੀ ਨੂੰ ਗੱਡੀ ਚੜਾ ਦਿੱਤਾ ਮਸੇਵਾਲਾ ਨੂੰ ਮਾਰ ਦਿੱਤਾ। ਅਜੇ ਹੀ ਰਿਕਾਰਡਿੰਗ ਜਿਹੜੀ ਹੈ ਉਹ ਵੀ ਸਾਹਮਣੇ ਆਈ ਸੀ। ਹਾਲਾਂਕਿ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਹੁਣ ਦੀਪਕ ਮੁੰਡੀ ਦੀ ਪਾਲ ਹੋ ਰਹੀ ਹੈ। ਦੀਪਕ ਮੁੰਡੀ ਜੋ ਕਿ ਆਖਰੀ ਛੇਵਾ ਸ਼ੂਟਰ ਹੈ ਜੋ ਬੁਲੈਰੋ ਗੱਡੀ ਦੇ ਵਿੱਚ ਬਾਕੀ ਜਿਹੜੇ ਸ਼ੂਟਰਸ ਨੇ ਉਹਨਾਂ ਦੇ ਨਾਲ ਮੌਜੂਦ ਸੀ ਇਸ ਕਰ ਪੁਲਿਸ ਉਹਨਾਂ ਦੀ ਭਾਲ ਕਰ ਰਹੀ ਹੈ ਹਾਲਾਂਕਿ ਇਸ ਦੌਰਾਨ ਅੰਕਿਤ ਸੇਸਾ ਦਾ ਇੱਕ ਬਿਆਨ ਵੀ ਜਿਹੜਾ ਸਾਹਮਣੇ ਆਇਆ ਸੀ ਅੰਕਿਤ ਸੇਸਾ ਵੱਲੋਂ ਕਹਾਇਆ ਸੀ ਕਿ ਗੈਂਗਸਟਰ 골ਡੀ ਬਰਾੜ ਤੋਖੇਬਾਸ ਹੈ ਮੂਹ ਮੰਗੇ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਕਤਲ ਤੋਂ ਬਾਅਦ ਫੋਨ ਵੀ ਨਹੀਂ ਚੁੱਕਿਆ ਗਿਆ ਇਹ ਪੁਲਿਸ ਦੇ ਨਾਲ ਪੁੱਛਗਿੱਛ ਦੌਰਾਨ ਅੰਕਿਤ ਸੇਸਾ ਨੇ ਖੁਲਾਸਾ ਕੀਤਾ ਸੀ 19 ਸਾਲ ਦਾ ਸ਼ਾਪ ਸ਼ੂਟਰ ਸੀ ਸੇਸਾ ਜਿਸ ਨੇ ਕਿਹਾ ਕਿ ਗੈਂਗਸਟਰ ਗੋਲਡੀ ਬਰਾੜ ਧੋਖੇਬਾਜ਼ਾ ਉਹਨੇ ਕਤਲ ਤੋਂ ਬਾਅਦ ਮੂਹ ਮੰਗੇ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਕਤਲ ਤੋਂ ਬਾਅਦ ਉਸਨੇ ਫੋਨ ਵੀ ਨਹੀਂ ਚੁੱਕਿਆ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ ਹਾਲਾਂਕਿ ਸੇਸਾ ਦਾ ਇਹ ਦਾਵਾ ਸੱਚ ਹੈ ਜਾਂ ਪੁਲਿਸ ਤੋਂ ਗੁੰਮਰਾਹ ਕਰਨ ਦੀ ਕੋਈ ਚਾਲ ਹੈ ਫਿਲਹਾਲ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਅੰਕਿਤ ਸੇਸਾ ਦੇ ਵੱਲੋਂ ਸਬਤਵਦ ਕਰੀਬ ਜਾ ਕੇ ਗੋਲੀਆਂ ਮਾਰੀਆਂ ਗਈਆਂ ਸੀ ਤੇ ਜੋ ਜਿਪਕ ਮੁੰਡੀ ਹੈ ਉਹ ਗੱਡੀ ਚਲਾ ਰਿਹਾ ਸੀ ਜਿਹੜੀ ਗੱਡੀ ਬੋਲੈਰੋ ਸੀ ਜਿਸ ਦੇ ਵਿੱਚ ਇਹ ਸਾਰੇ ਸ਼ੂਟਰ ਅਨਕਿਤ ਸੇਸਾ ਪ੍ਰਯਵਤ ਫੌਜੀ ਤੇ ਕਸ਼ਿਸ਼ ਜਿਹੜਾ ਸੀ ਉਰਫ ਕੁਲਦੀਪ ਜਿਹੜਾ ਸੀ ਉਹ ਮੌਜੂਦ ਸੀ ਹੁਣ ਪੰਜਾਬ ਪੁਲਿਸ ਦੇ ਵੱਲੋਂ ਸ਼ੂਟਰ ਦੀਪਕ ਮੁੰਡੀ ਦੀ ਭਾਲ ਕੀਤੀ ਜਾ ਰਹੀ ਹੈ ਮੂਸੇਬਾ ਦਾ ਛੇਵਾ ਕਤਲ ਇਹ ਸ਼ੂਟਰ ਦੀਪਕ ਮੁੰਡੀ ਹੈ ਦਿੱਲੀ ਤੇ ਪੰਜਾਬ ਪੁਲਿਸ ਭਾਲ ਦੇ ਵਿੱਚ ਜੁਟੀਆਂ ਹੋਈਆਂ ਨੇ ਕਤਲ ਚ ਬੁਲੇਰੋ ਮਾਡਿਊਲ ਚ ਸ਼ਾਮਿਲ ਸੀ ਸ਼ੂਟਰ ਦੀਪਕ ਮੁੰਡੀ ਜਿਸ ਦੀ ਭਾਲ ਦੇ ਲਈ ਪੁਲਿਸ ਦੇ ਵੱਲੋਂ ਪੰਜਾਬ ਤੋਂ ਇਲਾਵਾ ਹਰਿਆਣਾ ਰਾਜਸਥਾਨ ਤੇ ਹੋਰ ਵੀ ਸੂਬਿਆਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਭਾਲ ਜੜੀ ਹੈ ਉਸੇ ਕੀਤੀ ਜਾ ਰਹੀ ਹੈ ਤਾਂ ਕਿ ਬਹੁਤ ਜਲਦ ਇਸ ਸ਼ੂਟਰ ਇਸ ਛੇਵੇਂ ਸ਼ੂਟਰ ਦੀਪਕ ਮੁੰਡੀ ਨੂੰ ਫੜਿਆ ਜਾਵੇ ਕਿਉਂਕਿ ਪੰਜਾਬ ਪੁਲਿਸ ਨੂੰ ਇੱਕ ਅਹਿਮ ਲੀਡ ਮਿਲੀ ਹੈ ਪੁਲਿਸ ਨੂੰ ਇੱਕ ਅਹਿਮ ਸੁਰਾਗ ਜਾਂ ਕਹੇ ਲਿਆ ਅਹਿਮ ਸਬੂਤ ਪੁਲਿਸ ਦੇ ਹੱਥ ਲੱਗ ਗਿਆ ਜਿਸ ਦੇ ذریعے ਪੁਲਿਸ ਇਸ ਸ਼ੂਟਰ ਤੱਕ ਪਹੁੰਚੇਗੀ ਹਾਲਾਂਕਿ ਦੋ ਸ਼ੂਟਰਾਂ ਨਾਲ ਤਾਂ ਪੁਲਿਸ ਦੇ ਵੱਲੋਂ ਐਨਕਾਊਂਟਰ ਕਰ ਦਿੱਤਾ ਗਿਆ ਸੀ ਕਿਉਂਕਿ ਜਦੋਂ ਇਹ ਸ਼ੂਟਰ ਜਿਹੜੇ ਸੀ ਹਵੇਲੀ ਵਿੱਚ ਜਾ ਕੇ ਲੁਕਦੇ ਨੇ ਪੁਲਿਸ ਨੇ ਇਹਨਾਂ ਨੂੰ ਵਾਰਨਿੰਗ ਦਿੱਤੀ ਸੀ ਪਰ ਇਹ ਹਵੇਲੀ ਚ ਬਾਹਰ ਨਹੀਂ ਆਂਦੇ ਤੇ ਪੁਲਿਸ ਦੇ ਉੱਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਫਿਰ ਜਵਾਬੀ ਕਾਰਵਾਈ ਚ ਪੁਲਿਸ ਨੇ ਫਾਇਰਿੰਗ ਕੀਤੀ ਤੇ ਦੋਵੇਂ ਸ਼ੂਟਰ ਜਿਹੜੇ ਸੀ ਅਮਰਤਸਰ ਦੇ ਕੰਡਾਲਾ ਖੇਤਰ ਪੰਨਾ ਜਿੱਥੇ ਪਿੰਡ ਪਕਨਾ ਦੇ ਹੁਸ਼ਿਆਰ ਨਗਰ ਦੇ ਵਿੱਚ ਉਹ ਹਵੇਲੀ ਚ ਲੁਕੇ ਹੋਏ ਸੀ ਤੇ ਪੁਲਿਸ ਵੱਲੋਂ ਫਾਇਰਿੰਗ ਕੀਤੀ ਗਈ ਤੇ ਉਹਨਾਂ ਸ਼ੂਟਰਾਂ ਨੂੰ ਟੇਰ ਕਰ ਦਿੱਤਾ ਗਿਆ ਸੀ ਦੋ ਸ਼ੂਟਰ ਪੁਲਿਸ ਵੱਲੋਂ ਮਾਰੇ ਗਏ ਨੇ ਤੇ ਇਹਨਾਂ ਸ਼ੂਟਰ ਦਿੱਲੀ ਪੁਲਿਸ ਨੇ ਫੜੇ ਨੇ ਅਨਕਿਤ ਸੇਸਾ ਪ੍ਰਵਤ ਫੌਜੀ ਤੇ ਕਸ਼ਿਸ਼ੋਰ ਫ ਕੀਤੀ ਜਿਸ ਦੇ ਭਾਲ ਲਈ ਹੁਣ ਪੰਜਾਬ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਦੇ ਹੱਥ ਇੱਕ ਅਹਿਮ ਸੁਰਾਗ ਲੱਗਿਆ ਇੱਕ ਅਹਿਮ ਕੜੀ ਲੱਗੀ ਹੈ ਜਿਸ ਦੇ ਜ਼ਰੀਏ ਪੁਲਿਸ ਬਹੁਤ ਜਲਦ ਹੁਣ ਦੀਪਕ ਮੁੰਡੇ ਤੱਕ ਪਹੁੰਚਣ ਦਾ ਦਾਵਾ ਕਰ ਰਹੀ ਹੈ